ਬਜਾਜ ਕੰਪਨੀ ਵੱਲੋਂ ਅਲੱਗ ਅਲੱਗ ਮਾਡਲਾਂ ਉੱਤੇ ਅਲੱਗ ਅਲੱਗ ਸਕੀਮਾਂ ਦਿੱਤੀਆਂ ਗਈਆਂ ਨੇ। ਬਹੁਤ ਹੀ ਘੱਟ ਡਾਊਨ ਪੇਮੈਂਟ ਦੇ ਉੱਤੇ ਅਸੀਂ ਮੋਟਰਸਾਈਕਲ ਪ੍ਰੋਵਾਈਡ ਕਰ ਰਹੇ ਹਾਂ। ਕੋਈ ਵੀ ਪੁਰਾਣਾ ਤੁਸੀਂ ਮੋਟਰਸਾਈਕਲ ਲੈ ਕੇ ਸਕੂਟਰ ਲੈ ਕੇ ਆਓ ਐਸ ਪੀ ਦੇ ਬਦਲੇ ਬਿਨਾਂ ਡਾਊਨ ਪੇਮੈਂਟ ਤੋਂ ਉਹ ਐਕਸਚੇਂਜ ਕਰਕੇ ਅਤੇ ਤੁਹਾਨੂੰ ਨਵਾਂ ਮੋਟਰਸਾਈਕਲ ਦੇ ਦੇਵਾਂਗੇ। ਹੁਣ ਵਾਲੀ ਬਹੁਤ ਸੁਨਹਿਰੀ ਮੌਕਾ ਜੀ, ਇਹਦੇ ਨਾਲ ਦੀ ਨਾਲ ਅਸੀਂ ਕਰਸ਼ਕ ਗਿਫਟ ਵੀ ਦੇ ਰਹੇ ਹਾਂ ਅਤੇ ਮਤਲਬ ਗਰੰਟੀ ਵੀ ਅਸੀਂ ਜਿਹੜੀਆਂ 3 ਸਰਵਿਸਾਂ ਕੰਪਨੀ ਦਿੰਦੀ ਅਸੀਂ ਆਪਣੇ ਕੋਲ 6 ਸਰਵਿਸਾਂ ਪ੍ਰੋਵਾਈਡ ਕਰ ਰਹੇ ਹਾਂ। 5 ਸਾਲ ਦੀ ਗਰੰਟੀ ਦੇ ਰਹੇ ਹਾਂ, 15 ਲੱਖ ਰੁਪਏ ਕਸਟਮਰ ਦਾ ਬੀਮਾ ਹੋ ਜਾਂਦਾ। ਬਹੁਤ 1 ਸਾਲ ਦੀ ਕੋਲ ਇੰਸ਼ੋਰੈਂਸ ਹੁੰਦੀ, 4 ਸਾਲ ਦੀ ਥਰਡ ਪਾਰਟ ਹੁੰਦੀ ਆ, ਹਰ ਸਾਲ ਕਸਟਮਰ ਉਹਨੂੰ ਰੀਨਿਊ ਕਰਾ ਕੇ ਅਤੇ ਉਹਦਾ ਬੈਨੀਫਿਟ ਲੈ ਸਕਦਾ। ਕੁਛ ਫੀਚਰ ਦੱਸ ਦਿਓ ਅਤੇ ਸਰ ਇਹਦੀ ਐਵਰੇਜ ਕੀ ਹੈ? ਹੁੰਦਾ ਐਵਰੇਜ ਜਿਹੜੀ ਹੈਗੀ ਆ ਪਲੈਟੀਨਾ 100 ਸੀ 90 ਪਲੱਸ ਹੈਗੀ ਆ, ਔਰ ਜਿਹੜਾ 110 ਸੀ ਹੈਗਾ ਉਹਦੀ 85 ਤੋਂ 90 ਨਿਕਲ ਆਉਂਦੀ ਹੈ। ਜੇ ਤੁਸੀਂ ਪਲਸਰ ਲੈਣਾ 55 ਤੋਂ 60 ਐਵਰੇਜ ਨਿਕਲ ਜਾਂਦੀ। ਜਿਹੜੀ ਆਮ ਦੂਜੇ ਪ੍ਰੋਡਕਟ ਸਾਡੇ ਕੰਪੀਟੀਟਰ ਹੈਗੇ 100 ਸੀ 110 ਸੀ ਦੀ, ਉਹਦੇ ਅਕੋਰਡਿੰਗਲੀ ਜਿਹੜੀ 125 ਸੀ ਬੜੀ ਵਧੀਆ ਐਵਰੇਜ ਦੇ ਰਿਹਾ ਹੈਗਾ। ਹਾਂਜੀ ਸਰ, ਮੈਂ ਦੀਵਾਲੀ ਜਿਹੜੀ ਹੈ ਆ ਰਹੀ ਹੈ, ਕਿਹੜੇ ਕਿਹੜੇ ਆਫਰ ਨਾਲ ਲੈ ਕੇ ਤੁਸੀਂ ਲੋਕਾਂ ਨੂੰ ਜਿਹੜਾ ਆਪਣਾ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਜਿਸ ਤਰ੍ਹਾਂ ਤੁਹਾਡੀ ਏਜੰਸੀ ਹੈਗੀ ਬਾਈਕ ਮੋਟਰਸਾਈਕਲ ਜਿਹੜੀ ਏਜੰਸੀ ਹੈਗੀ ਹੈ, ਕਿਹੜੇ ਕਿਹੜੇ ਆਫਰ ਨਾਲ ਤੁਸੀਂ ਲੋਕਾਂ ਨੂੰ ਜਿਹੜਾ ਸੰਬੋਧਨ ਕਰਨਾ ਚਾਹੁੰਦੇ ਹੋ? ਰੰਗਲ ਸਾਹਿਬ ਨਮਸਕਾਰ ਜੀ, ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਦੀਵਾਲੀ ਦੇ ਮੌਕੇ 'ਤੇ ਬਹੁਤ ਸਾਰੀਆਂ ਵਧਾਈਆਂ ਦਿੰਦਾ। ਸਾਰੇ ਖੁਸ਼ ਰਹਿਣ, ਤੰਦਰੁਸਤ ਰਹਿਣ ਅਤੇ ਖੂਬ ਇੰਜੋਏ ਕਰਨ। ਤੁਸੀਂ ਅੱਜ ਸਾਡੇ ਕੋਲ ਆਏ ਹੋ, ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਬਜਾਜ ਕੰਪਨੀ ਵੱਲੋਂ ਅਲੱਗ ਅਲੱਗ ਮਾਡਲਾਂ ਉੱਤੇ ਅਲੱਗ ਅਲੱਗ ਸਕੀਮਾਂ ਦਿੱਤੀਆਂ ਗਈਆਂ ਨੇ। ਬਹੁਤ ਹੀ ਘੱਟ ਡਾਊਨ ਪੇਮੈਂਟ ਦੇ ਉੱਤੇ ਅਸੀਂ ਮੋਟਰਸਾਈਕਲ ਪ੍ਰੋਵਾਈਡ ਕਰ ਰਹੇ ਹਾਂ। ਕੋਈ ਵੀ ਪੁਰਾਣਾ ਤੁਸੀਂ ਮੋਟਰਸਾਈਕਲ ਲੈ ਕੇ ਸਕੂਟਰ ਲੈ ਕੇ ਆਓ ਐਸ ਪੀ ਦੇ ਬਦਲੇ ਬਿਨਾਂ ਡਾਊਨ ਪੇਮੈਂਟ ਤੋਂ ਉਹ ਐਕਸਚੇਂਜ ਕਰਕੇ ਅਤੇ ਤੁਹਾਨੂੰ ਨਵਾਂ ਮੋਟਰਸਾਈਕਲ ਦੇ ਦੇਵਾਂਗੇ। ਸਾਡੀ ਸਟਾਰਟ ਉੱਤੇ 1999 ਰੁਪਏ ਤੋਂ ਡਾਊਨ ਪੇਮੈਂਟ ਸ਼ੁਰੂ ਹੋ ਜਾਂਦੀ ਹੈ। ਬਾਕੀ ਤੁਹਾਡਾ ਔਫਰ ਸਿਬਲ ਚੈੱਕ ਕਰਕੇ ਦੇਖਿਆ ਜਾਂਦਾ, ਉਹਦੇ ਅਕੋਰਡਿੰਗਲੀ ਤੁਹਾਨੂੰ ਅਸੀਂ ਸਕੂਟ ਮੋਟਰਸਾਈਕਲ ਜਿਹੜਾ ਦੇ ਸਕਦੇ ਹਾਂ। ਸਾਡੇ ਕੋਲ ਪਲੈਟੀਨਾ ਦੇ 3 ਮਾਡਲ ਹੈਗੇ ਨੇ, ਪਲਸਰ ਦੇ 10 ਮਾਡਲ ਹੈਗੇ ਨੇ। ਤੁਸੀਂ ਜਿਸ ਤਰ੍ਹਾਂ ਦਾ ਵੀ ਮਾਡਲ ਲੈਣਾ ਚਾਹੋ ਉਹ ਲੈ ਸਕਦੇ ਹੋ, ਔਰ ਕਿਸ਼ਤਾਂ ਜਿਹੜੀਆਂ ਤੁਹਾਡੀਆਂ 12 ਮਤਲਬ ਮਹੀਨਿਆਂ ਤੋਂ ਲੈ ਕੇ ਅਤੇ 4 ਸਾਲ ਤੱਕ ਜੋ 48 ਮਹੀਨਿਆਂ ਤੱਕ ਹੋ ਜਾਣਗੀਆਂ ਬਣੀ ਲੋੜ ਇੰਟਰਸਟ ਨਾਲ। ਔਰ ਜੇ ਤੁਸੀਂ ਅੱਧੇ ਪੈਸੇ ਦੇ ਦਿੰਦੇ ਹੋ ਅਸੀਂ 0% 'ਤੇ ਵੀ ਤੁਹਾਨੂੰ ਮੋਟਰਸਾਈਕਲ ਫਾਈਨਾਂਸ ਕਰਕੇ ਦੇ ਸਕਦੇ ਹਾਂ। ਬਾਕੀ ਸਾਡੇ ਗੱਡੀਆਂ ਦੇ ਵਿੱਚ ਕਾਰਬੋਰੇਟਰ ਸਾਰੀਆਂ ਦੇ ਵਿੱਚ ਹੈਗੇ ਨੇ, 100 ਸੀ 110 ਸੀ, ਜਿਹਦਾ ਮਤਲਬ ਥੋੜ੍ਹੇ ਜਿਹੇ ਤੇਲ ਨਾਲ ਵੀ ਤੁਸੀਂ ਕਾਫੀ ਉਹਦੇ ਚੱਲ ਸਕਦੇ ਹੋ। ਅਤੇ ਇਹਨਾਂ ਦੀ ਐਵਰੇਜ ਵੀ ਜਿਹੜੀ 90 ਦੇ ਕਰੀਬ ਹੈਗੀ ਹੈ ਪਲਟਨਾ ਦੀ। ਅੱਜ ਤੇਲ ਦੀ ਬਹੁਤ ਜ਼ਿਆਦਾ ਮਤਲਬ ਮਹਿੰਗਾਈ ਹੋਣ ਕਰਕੇ ਇਹ ਬਾਈਕ ਸਾਡੀ ਜਿਹੜੀ ਨਾ ਬਹੁਤ ਵਧੀਆ ਐਵਰੇਜ ਦਿੰਦੀ ਹੈ, ਅਤੇ ਜਿਸ ਕਰਕੇ ਜਿਹੜੇ ਵੀ ਮਤਲਬ ਵੀਰ ਭਰਾ ਦੂਰ ਦਰੇਡੇ ਜਾਂਦੇ ਨੇ ਉਹਨਾਂ ਲਈ ਬਹੁਤ ਬੈਨੀਫਿਸ਼ੀਅਲ ਹੈਗਾ। ਅਤੇ 3 ਸਵਾਰੀਆਂ ਇਹਨਾਂ ਆਰਾਮ ਨਾਲ ਬੈਠ ਸਕਦੀਆਂ, ਸੀਟ ਲੰਬੀ ਹੈਗੀ ਆ, ਬੱਚਾ ਵੀ ਐਡਜਸਟ ਹੋ ਸਕਦਾ ਵਿੱਚ। ਅਤੇ ਤੁਹਾਨੂੰ ਹੋਰ ਵੀ ਮਾਡਲ ਦਿਖਾਉਂਦੇ ਹਾਂ ਵੀ ਕਿਹੜੇ ਕਿਹੜੇ ਮਾਡਲ ਸਾਡੇ ਕੋਲ ਹੈਗੇ ਨੇ। ਅਤੇ ਇੱਕ ਵਾਰੀ ਫਿਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਦੀਵਾਲੀ ਦੀਆਂ ਸ਼ੁਭਕਾਮਨਾਵਾਂ। ਸਾਡੇ ਕੋਲ CSE ਦੀ ਸੁਵਿਧਾ ਵੀ ਉਪਲਬਧ ਹੈਗੀ ਆ, ਉਹਦੇ ਵਿੱਚ ਵੀ ਅਸੀਂ ਫਾਈਨਾਂਸ ਕਰ ਦਿੰਦੇ ਹਾਂ। ਹਾਂ, ਸਾਡੇ ਕੋਲ ਸਟਾਕ ਅਵੇਲੇਬਲ ਹੈ, ਨਹੀਂ ਨਹੀਂ ਵੇਟ ਕੋਈ ਗੱਲ ਨਹੀਂ ਕਰਨੀ ਪੈਂਦੀ, ਔਨ ਦੀ ਸਪੋਟ ਇਹੀ ਕਸਟਮਰ ਨੂੰ ਇਹ ਡਿਲੀਵਰੀ ਦੇ ਦਿੰਦੀ ਹੈ। ਪੁਰਾਣੇ ਕਹਿ ਰਹੇ ਹੋ ਵਾਈਟ ਹਾਂ, ਉਹ ਵੀ ਕੱਟ ਲਾਂਗੇ, ਜਿੱਦਾਂ ਜੇ ਕੋਈ ਸਕਰੈਪ ਵੀ ਕਿਸੇ ਕੋਲ ਹੈਗਾ ਜਿਹੜਾ ਨਹੀਂ ਵੀ ਚੱਲਦਾ ਸੀ ਉਹ ਵੀ ਲੈ ਲਾਂਗੇ। ਇਹ ਲੋਕਾਂ ਨੂੰ ਅਪੀਲ ਕਰਨਾ ਚਾਹੁੰਦੇ ਹੋ ਆਪਣੀ ਹਰ ਕੰਮ ਵਾਸਤੇ ਆ ਰਹੀ ਹੈ, ਦੁਬਾਰੀ ਆ ਰਹੀ ਹੈ, ਇਹੀ ਲੋਕ ਬਾਈਕ ਲੈਣ ਦੇ ਇੰਡਸਟਰੀ ਦੇ ਕੀ ਹੋਣ ਵਾਲੀ ਬਹੁਤ ਸੁਨਹਿਰੀ ਮੌਕਾ ਜੀ, ਇਹਦੇ ਨਾਲ ਦੀ ਨਾਲ ਅਸੀਂ ਕਰਸ਼ਕ ਗਿਫਟ ਵੀ ਦੇ ਰਹੇ ਹਾਂ ਅਤੇ ਮਤਲਬ ਗਰੰਟੀ ਵੀ ਅਸੀਂ ਜਿਹੜੀਆਂ 3 ਸਰਵਿਸਾਂ ਕੰਪਨੀ ਦਿੰਦੀਆਂ ਅਸੀਂ ਆਪਣੇ ਕੋਲ 6 ਸਰਵਿਸਾਂ ਪ੍ਰੋਵਾਈਡ ਕਰ ਰਹੇ ਹਾਂ। 5 ਸਾਲ ਦੀ ਗਰੰਟੀ ਦੇ ਰਹੇ ਹਾਂ, 15 ਲੱਖ ਰੁਪਏ ਕਸਟਮਰ ਦਾ ਬੀਮਾ ਹੋ ਜਾਂਦਾ। ਬਹੁਤ 1 ਸਾਲ ਦੀ ਕੋਲ ਇੰਸ਼ੋਰੈਂਸ ਹੁੰਦੀ, 4 ਸਾਲ ਦੀ ਥਰਡ ਪਾਰਟ ਹੁੰਦੀ ਆ, ਹਰ ਸਾਲ ਕਸਟਮਰ ਉਹਨੂੰ ਰੀਨਿਊ ਕਰਾ ਕੇ ਅਤੇ ਉਹਦਾ ਬੈਨੀਫਿਟ ਲੈ ਸਕਦਾ। ਕੀ ਸਰ ਜਿਹੜਾ ਬੰਦਾ ਫਾਈਨੈਂਸ ਕਰਵਾਉਂਦਾ ਹੈ ਆਪਣਾ ਕੇਸ ਕਰਵਾਉਂਦਾ ਅਤੇ ਕੀ ਆਰਸੀ ਜਿਹੜੀ ਹੁੰਦੀ ਹੈ ਉਹਦਾ ਚੀਜ਼ ਨੂੰ ਨਾਲ ਹੀ ਦੇ ਦਿੰਦੇ? ਆਰਸੀ ਕਸਟਮਰ ਤਾਂ ਘਰੇ ਚਲੇ ਜਾਂਦੀ ਜੀ ਅੱਜ ਕੱਲ੍ਹ ਸਾਡੇ ਕੋਲ ਹੈ। ਹਾਂ ਨਹੀਂ 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 ਇਸ ਲਈ ਆਰਸੀ ਬਣਨੀ ਆ, ਹੁਣ ਡਾਇਰੈਕਟ ਕਸਟਮਰ ਦੇ ਘਰੇ ਚਲੇ ਜਾਂਦੀ ਹੈਗੀ ਹੈ। ਹਾਂਜੀ, ਆਖਿਰ ਵਿੱਚ ਇਹੋ ਕਿ ਜਦੋਂ ਸਾਡੇ ਕੋਲ ਆਓ ਅਤੇ ਮੋਟਰਸਾਈਕਲ ਚਲਾ ਕੇ ਟੈਸਟ ਰਾਈਡ ਲੈ ਕੇ ਦੇਖੋ ਅਤੇ ਵੱਧ ਤੋਂ ਵੱਧ ਮੌਕੇ ਦਾ ਫਾਇਦਾ ਉਠਾਓ। ਦੀਵਾਲੀ ਦੀਆਂ ਇੱਕ ਵਾਰੀ ਫਿਰ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ, ਬਹੁਤ ਸ਼ੁਭਕਾਮਨਾਵਾਂ। ਭਾਈ ਕਿੱਥੇ ਜੀ ਬਣਦੀ ਹੈ ਦੁਕਾਨ ਲੋਕਾਂ ਨੂੰ ਦੱਸ? ਸਾਡਾ ਸ਼ਰਮਾ ਆਟੋਮੋਬਾਈਲ ਜੀ ਸਾਹਮਣੇ ਐਗਰੋ ਖਾਦ ਵਾਲੇ
ਇਹਨਾਂ ਦੇ ਸਿਟੀ ਪੈਟਰੋਲ ਪੰਪ ਦੇ ਆਪੋਜਿਟ ਹੈਗਾ ਅਤੇ ਇੱਕ ਵਾਰੀ ਸੇਵਾ ਦਾ ਮੌਕਾ ਜ਼ਰੂਰ ਦਿਓ। ਆਧਾਰ ਕਾਰਡ ਪੈਨ ਕਾਰਡ ਵਗੈਰਾ ਨਾਲ ਲੈ ਕੇ ਆਓ, ਜਿਹੜਾ ਔਨ ਦੀ ਸਪੋਰਟ ਤੁਹਾਨੂੰ ਆਈ ਆਪਾਂ ਹੀ ਕਰਕੇ ਅਤੇ ਨਾਲ ਦੀ ਨਾਲ ਗੱਡੀ ਦੇ ਸਕੀਏ। ਪਰ ਕੁਛ ਫੀਚਰ ਦੱਸ ਦਿਓ ਅਤੇ ਸਰ ਉਹਦੀ ਐਵਰੇਜ ਕੀ ਹੈ ਹੁਣ ਦੱਸ ਦਿਓ। ਐਵਰੇਜ ਜਿਹੜੀ ਹੈਗੀ ਹੈ ਪਲੈਟਿਨਾ 180-90 ਪਲੱਸ ਹੈਗੀ ਹੈ, ਔਰ ਜਿਹੜਾ 110 ਸੀਸੀ ਹੈਗਾ ਉਹਦੀ 85-90 ਨਿਕਲਦੀ ਹੈ। ਜੇ ਤੁਸੀਂ ਪਲਸਰ ਲੈਣਾ 55-60 ਐਵਰੇਜ ਨਿਕਲ ਜਾਂਦੀ। ਜਿਹੜੀ ਆਮ ਦੂਜੇ ਪ੍ਰੋਡਕਟ ਸਾਡੇ ਕੰਪੀਟੀਟਰ ਹੈਗੇ 100 ਸੀਸੀ 110 ਸੀਸੀ ਦੀ, ਉਹਦੇ ਅਕੋਰਡਿੰਗਲੀ ਜਿਹੜੀ 125 ਸੀਸੀ ਬੜੀ ਵਧੀਆ ਐਵਰੇਜ ਦੇ ਰਿਹਾ ਹੈਗਾ। ਅਤੇ ਸਰ ਆਪਣੇ ਇਹਦੀ ਇੰਸ਼ੋਰੈਂਸ ਕਿੰਨੇ ਸਾਲ ਦੀ? ਇੰਸ਼ੋਰੈਂਸ 5 ਸਾਲ ਦੀ ਹੋਣੀ ਹੈ ਜੀ, 1 ਸਾਲ ਦੀ ਫੁੱਲ ਹੋਣੀ, 4 ਸਾਲ ਦੀ ਥਰਡ ਪਾਰਟ ਹੋਣੀ ਹੈ। 15 ਲੱਖ ਰੁਪਇਆ ਤੁਹਾਡਾ ਇਹ 'ਚ ਬੀਮਾ ਕਵਰ ਹੋਣਾ। ਹਾਂ, ਕੈਸ਼ਲੈਸ ਦਿਆਂਗੇ, ਡੈਪ ਕੈਪ ਦਿਆਂਗੇ ਇੰਸ਼ੋਰੈਂਸ। ਤੁਹਾਡੀ ਰੱਬ ਨਾ ਕਰੇ ਕਿਤੇ ਗੱਡੀ ਲੱਗ ਜਾਂਦੀ ਹੈ, ਹਾਂਜੀ 100-200 ਰੁਪਇਆ ਜਿਹੜੀ ਕਾਸਟ ਲੱਗਣੀ ਉਹ ਇੱਕ ਲੈ ਕੇ ਕਲੋਜ਼ ਕਰਕੇ ਬਾਕੀ ਸਾਰੀ ਗੱਡੀ ਤੁਹਾਨੂੰ ਫਰੀ ਰਿਪੇਅਰ ਕਰਕੇ ਦਿੱਤੀ ਜਾਏਗੀ। 110 ਸੀਸੀ ਦੇ ਵਿੱਚ ਟਾਇਰ ਟਿਊਬਲੈਸ ਹੈਗੇ ਆ। ਹਾਂ, ਪੈਂਚਰ ਦੀ ਵੀ ਸੰਭਾਵਨਾ ਖਤਮ ਹੋ ਜਾਂਦੀ ਹੈ। ਔਰ ਸਰ ਆਪਣੇ ਮਿਨੀਮਮ ਕਿੰਨੀ ਕੁ ਡਾਊਨ ਪੇਮੈਂਟ ਦੇ ਵਿੱਚ? ਡਾਊਨ ਪੇਮੈਂਟ 1999 ਰੁਪਏ ਤੋਂ ਪਲੈਟਨਾ ਸ਼ੁਰੂ ਹੋ ਜਾਂਦਾ ਜੀ। ਬਾਕੀ ਤੁਹਾਡਾ ਸਿਬਲ ਚੈੱਕ ਕਰਕੇ ਜਿੱਦਾਂ ਦਾ ਤੁਹਾਡਾ ਸਿਬਲ ਆਉਂਦਾ ਉਹ ਤੁਹਾਨੂੰ ਆਫਰ ਕੰਪਨੀ ਦੱਸ ਦੇਗੀ। ਠੀਕ ਹੈ ਸਰ। ਹਾਂ, ਔਰ ਇਹਦੇ ਨਾਲ ਆਕਰਸ਼ਕ ਗਿਫਟ ਵੀ ਦਿਆਂਗੇ ਅਸੀਂ ਦੀਵਾਲੀ 'ਤੇ। ਇਸ ਕਰਕੇ ਤੁਸੀਂ ਅੱਜ ਹੀ ਆਪਣੇ ਸਿਬਲ ਚੈੱਕ ਕਰਾਓ ਅਤੇ ਗੱਡੀ ਬੁੱਕ ਕਰਵਾਓ। ਠੀਕ ਹੈ ਸਰ।